वेलकम बैक नाजरीन। प्रोग्राम में हम बात कर रहे थे मरण साहस जी। मर जी हेलो यार, मैनू पहले दसो ना, तुसी 8 साल तो इनू ये पता सी भी मैं बच्चिया को फीसा पोटनिया। 8 साल च इनू ये पता सी कि मैं एक कमरे तो दो कमरे करने हैं। 8 साल तो इनू ये पता सी कि मैं हेठ उपर बिल्डिंगा पाउनिया। 8 साल तो इनू ये पता सी कि मैं बच्चे नू आ काम करने, बच्चे नू यूनिफॉर्म लाने, बच्चे नू आ जुतियां पाउनिया। 8 साल तो अठ साल तो हसी जान दे, वो दंद निकली जान दे, ਉਹਨੂੰ ਪਤਾ ਹੀ ਕੋਈ ਨਹੀਂ। ਲੈ ਦੱਸ, ਲੈ ਇਹਦੇ ਹੱਥਾਂ ਦਾ ਤੈਨੂੰ ਬਿੱਲ ਆਉਂਦਾ। ਯਾਰ ਮੈਂ ਤੇ ਅੱਲਾ ਦੀ ਕਸਮ ਬੜੀ ਸੀਰੀਅਸ ਗੱਲ ਕਰ ਰਿਹਾ, ਮੈਂ ਆਪਣੀ ਵੱਲੋਂ ਉਹਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਪਤਾ ਹੀ ਕੋਈ ਨਹੀਂ ਲੱਗਣ ਦਿਆ। ਉਹ ਸੀ ਲੈ ਉਹ ਸੀ ਜਾਂਦੇ ਹੀ ਚਾਹ ਪੀ ਜਾਂਦੀ, ਅਸੀਂ ਜਾਂਦੀ, ਅਸੀਂ ਪਾਗਲ ਆ ਇੱਥੇ, ਸਾਡਾ ਦਿਮਾਗ ਖਰਾਬ, ਅਸੀਂ ਭੌਂਕਦੇ ਆ ਇੱਥੇ। ਆਪ ਆਪਣੀ ਬਕਵਾਸ ਜਾਰੀ ਰੱਖੇ, ਮੇਰੀ ਗੱਲ ਤੇ ਸੁਣੋ ਨਾ ਯਾਰ। ਮੈਂ ਤੇਰੀ ਗੱਲ ਸੁਣ ਲਿੱਤੀ ਹੈ। ਹਾਂਜੀ, 8 ਸਾਲ ਤੋਂ ਇਹਨੂੰ ਇਹ ਪਤਾ ਸੀ ਕਿ ਜਿਸ ਬੱਚੇ ਦੀ ਫੀਸ 5 ਤਰੀਕ ਤੋਂ ਬਾਅਦ ਲੇਟ ਹੋਣੀ ਉਹਨੂੰ ₹10 ਰੋਜ਼ ਯੋਮੀਆ ਜੁਰਮਾਨਾ ਵੀ ਪਾਉਣਾ। ਅੱਛਾ, 8 ਸਾਲ ਤੋਂ ਇਹਨੂੰ ਇਹ ਨਹੀਂ ਪਤਾ ਲੱਗਾ? ਉਹ 8 ਸਾਲ ਤੋਂ ਇਹਨੂੰ ਇਹ ਪਤਾ ਲੱਗਾ, 8 ਸਾਲ ਤੋਂ ਇਹਨੂੰ ਪਤਾ ਸਾੜਾ ਲੱਗ ਗਿਆ। ਅੱਗੇ ਇਹ ਆ ਕਿ ਮੈਂ ਕਹਿ ਰਿਹਾ ਸਾ ਕਿ 8 ਸਾਲ ਤੋਂ ਉਹਨੂੰ ਨਹੀਂ ਪਤਾ ਲੱਗਾ, 8 ਸਾਲ ਤੋਂ ਉਹਨੂੰ ਇਹ ਨਹੀਂ ਪਤਾ ਲੱਗਾ, ਹੁਣ ਉਹਨੂੰ ਇਹ ਪਤਾ ਲੱਗ ਗਿਆ। ਉਹਦੇ ਜਦੋਂ ਸਿਰ ਤੇ ਪਈ, ਗਵਰਨਮੈਂਟ ਨੇ ਉਹਨੂੰ ਕਾਗਜ਼ ਭੇਜੇ ਕਿ ਚੱਲ ਬੀਬੀ ਐ ਤੂੰ ਕੰਮ ਕੀਤਾ, ਤੂੰ ਸਾਨੂੰ ਦੱਸਿਆ ਹੀ ਨਹੀਂ, ਹੁਣ ਤੁਹਾਡੇ ਕੋਲ ਮਜ਼ਲੂਮ ਬਣ ਕੇ ਆ ਕੇ ਬਹਿ ਗਈ। ਉਤੋਂ ਤੂੰ ਬੜੇ ਹਿਸਾਬ ਦੇ ਨਾਲ ਬੜਾ ਮੀਸਣਾ ਬਣ ਕੇ, ਤੇਰੇ ਕੋਲ ਜਿਹੜਾ ਮਰਜ਼ੀ ਬੰਦਾ ਆ ਜਾਵੇ ਤੂੰ ਉਹਦੀ ਤਰਫਦਾਰੀ ਸ਼ੁਰੂ ਕਰ ਦਿੰਦਾ। 8 ਸਾਲ ਤੋਂ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਉਹਦੇ ਸਕੂਲ ਦੇ ਬਾਹਰ ਇੱਕ ਬੰਦਾ ਲੱਡੂ ਪੀਠੀਆਂ ਵਾਲੇ ਲਾ ਕੇ ਖਲੋਂਦਾ, ਇਹਦੀ ਵਜ੍ਹਾ ਤੋਂ ਇਹਨੇ ਕਦੀ ਉਹਦੇ ਵੱਲ ਮੂੰਹ ਕਰਕੇ ਨਹੀਂ ਵੇਖਿਆ 8 ਸਾਲ ਤੋਂ। ਅੱਛਾ ਗੱਲ ਸੁਣ। ਹਾਂਜੀ, ਆਰਾਮ ਨਾਲ ਤਹੱਮਲ ਨਾਲ ਜਵਾਬ ਲੈਣਾ। 8 ਸਾਲ ਤੋਂ ਜੋ ਕੁਛ ਤੁਸੀਂ ਕਿਹਾ ਉਹ 100% ਜੜੂ ਸਤਕਿਆ। ਹਾਂਜੀ, 100% ਤੇ ਹੁਣ ਜੋ ਕੁਛ ਤੁਸੀਂ ਕਹਿਣਾ ਇਹ 100% ਗਲਤ ਕਹਿਣਾ। ਚਲੋ ਕਵੋ। ਮੈਂ ਨਹੀਂ ਕਹਿੰਦਾ। ਨਹੀਂ ਨਹੀਂ ਕਹਿ। ਮੈਂ ਨਹੀਂ ਕਹਿੰਦਾ। ਮੈਂ ਕਹਿੰਦਾ ਮੇਰੀ ਇਸ ਗੱਲ ਦਾ ਜਵਾਬ ਹੀ ਨਹੀਂ ਹੈਗਾ, ਜਵਾਬ ਦਿਓ ਕੋਈ। ਮੈਂ ਕਹਿੰਦਾ 100% ਸਹੀ ਕਹਿੰਦਾ, ਮੇਰੀ ਅੱਗੇ ਗੱਲ ਤੇ ਸੁਣ। ਸੁਣਾਓ, ਨਹੀਂ ਤਾਂ ਮੈਂ ਕਾਲ ਬੰਦ ਕਰ ਦਾਂਗਾ ਤੇਰੀ। ਨਹੀਂ ਨਹੀਂ, 8 ਸਾਲ ਬਾਅਦ ਮੇਰੀ ਪਹਿਲੀ ਵਾਰ ਗੱਲ ਸੁਣਾਓ। ਮੈਂ ਕਹਿ ਰਿਹਾ ਕਿ ਇਹਨਾਂ ਦੀ ਸਾਦਗੀ ਸੀ ਔਰ ਬੇਵਕੂਫੀ ਸੀ। ਹਾਏ, ਸਦਕੇ ਜਾਵਾਂ, ਜਾਂ ਸਾਦਗੀ ਕਵੋ ਜਾਂ ਨਹੀਂ ਸਾਦੀ, ਜਾਂ ਬੇਵਕੂਫੀ ਤੇ ਸਾਦਗੀ ਕਵੋ ਤੇ ਜਾਂ ਫਿਰ ਚਲਾਕੀ ਕਵੋ। ਇਹ ਜਿਹੜੀ ਸਾਦਗੀ ਤੇ ਬੇਵਕੂਫੀ ਹੈ ਨਾ, ਇਹ ਦੋਵੇਂ ਬਚਣ ਵਾਲੇ ਲਫ਼ਜ਼ ਨੇ ਜਿਹੜੇ ਤੁਸੀਂ ਇਸਤੇਮਾਲ ਕੀਤੇ ਨੇ। ਤੁਸੀਂ ਕਵੋ ਜਾਂ ਇਹਨਾਂ ਦੀ ਬੇਵਕੂਫੀ ਸੀ ਜਾਂ ਇਹਨਾਂ ਦੀ ਤੇਜ਼ੀ ਸੀ, ਸ਼ਾਤਰਪਨ, ਮੀਸਣਾ, ਨਿਜ਼ਾਮ, ਕਿ 8 ਸਾਲ ਤੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਨੂੰ ਮੈਂ ਰਜਿਸਟਰਡ ਵੀ ਕਰਾਉਣਾ, ਇਹਦਾ ਮੈਂ ਸਕੂਲ ਦਾ ਕੋਈ ਕਰਾਉਣਾ ਵੀ ਆ, ਕੁਛ ਫੀਸਾਂ ਦੇਈ ਜਾਓ, ਆਪਣਾ ਫੰਡ ਦੇਈ ਜਾਓ ਤੇ ਦੇਈ ਜਾਓ। ਬੱਚੇ ਆ ਆਉਣ ਮੇਰੇ ਕੋਲ ਆਪਣਾ ਮਸਲਾ ਹੱਲ ਕਰਾਉਣ ਆਏਗਾ, 8 ਸਾਲ ਦਾ ਜਵਾਬ ਦੇਣ ਨਹੀਂ ਆਏ। ਆ ਭਾਈ ਜੀ, ਅਸੀਂ ਤੇ ਦੇਖਣਾ ਕਿ ਤੁਸੀਂ ਸਾਡਾ ਮਸਲਾ ਬੂਟਾ ਜੀ ਮਸਲੇ ਹੱਲ ਕਰ, ਇਨਸਾਫ ਕਾ ਮੰਦਰ ਹੈ ਯੇ ਬੂਟੇ ਕਾ ਘਰ ਹੈ। ਹੁਣ ਮੈਂ ਬੰਦਾ ਮਾਰ ਕੇ ਆ ਜਾਵਾਂ ਤੇ ਤੂੰ ਕੀ ਆ ਕੇ ਮੇਰੀ ਸੈਡ ਲੈਣੀ ਸ਼ੁਰੂ ਕਰ ਦੇਗਾ? ਬਿਲਕੁਲ ਕਿਉਂ, ਮੈਨੂੰ ਕਰਨਾ ਪਏਗਾ ਕਿਉਂ? ਮੈਂ ਬਾਜ਼ਾਬਤਾ ਤਰੀਕੇ ਨਾਲ ਤੇਰੀ ਸਿਫਾਰਿਸ਼ ਕਰ ਜ਼ਮਾਨਤ ਕਰਾਵਾਂਗਾ ਬਾਬਾ, ਤਫਸੀਸ ਕਰਾਵਾਂਗਾ ਔਰ ਤੈਨੂੰ ਸਹੀ ਤਰੀਕੇ ਦੇ ਨਾਲ ਮੈਂ ਫਾਂਸੀ ਤੇ ਇਨਸ਼ਾਅੱਲਾ ਤਾਲਾ ਚੜਵਾ ਦਿਆਂਗਾ। ਯਾਨੀ ਅਸੀਂ ਤੇਰਾ ਪ੍ਰੋਗਰਾਮ ਇਸ ਤੋਂ ਵੇਖੀਦਾ ਸੀ ਕਿ ਤੂੰ ਮਜ਼ਲੂਮਾਂ, ਯਤੀਮਾਂ, ਮਸਕੀਨਾਂ ਦੀ ਮਦਦ ਕਰਦਾ। ਆ ਤੇਰੇ ਕੋਲ ਮੀਸਣੀ ਜਿਹੀ ਆ ਗਈ 8 ਸਾਲਾਂ ਦਾ, ਹਕੂਮਤ ਦੇ ਪੈਸੇ ਖਾ ਕੇ, ਤੇ ਹੁਣ ਤੂੰ ਇਹਦੀ ਮਦਦ ਕਰੇਗਾ? ਇਹਦੇ ਨਾਲ ਜ਼ੁਲਮ ਨਹੀਂ ਹੋ ਰਿਹਾ? ਵਿਚਾੜੀ ਨੇ ਇਹਨੇ ਸਾਲਾਂ ਲਾ ਕੇ ਬੱਚੇ ਬੱਚੀਆਂ ਪੜਾਏ, ਹੁਣ ਬੱਚੇ ਬੱਚੇ ਜਦੋਂ ਵੱਡੇ ਹੋ ਗਏ ਤਾਂ ਉਹਨਾਂ ਦਾ ਦਾਣਾ ਬੰਦ ਕਰ, ਦਾਣਾ ਬੰਦ ਹੋਣਾ ਹੀ ਚਾਹੀਦਾ। 8 ਸਾਲ ਤੋਂ ਮੈਂ ਇਹਦੇ ਸਕੂਲ ਦੇ ਬਾਹਰ ਲੱਡੂ ਪੀਠੀਆਂ ਵਾਲੇ ਲਾਏ, ਇੱਕ ਵਾਰੀ ਇਹਨੇ ਮੇਰੇ ਨਾਲ ਮੋੜ ਕੇ ਨਹੀਂ ਵੇਖਿਆ ਯਾਰ। ਓਏ ਮੇਰੇ ਵਿਕਟਮ ਆ, ਤਮੀਜ਼ ਨਾਲ ਗੱਲ ਕਰੀ, ਮੈਂ ਤੈਨੂੰ ਦੱਸਾਂ ਖੱਬਦਾਰ ਦੇ ਕੋਈ ਉਂਗਲੀ ਚੁੱਕੇ ਤੇ। 8 ਸਾਲ ਤੋਂ ਤੂੰ ਮਾਰ ਮੇਰੇ ਮਾਂ ਕੋਈ ਐਸੀ ਬਾਤ, ਮੈਂ ਇੱਕ ਆਜ਼ਾਦ ਸ਼ਹਿਰੀ ਆ, ਮੈਂ ਜੋ ਮਰਜ਼ੀ ਕਹਿ ਸਕਦਾ। 8 ਸਾਲ ਤੋਂ ਮੈਂ ਜ਼ਲੀਲ ਹੋ ਗਿਆ ਲੱਡੂ। ਤੂੰ ਆਜ਼ਾਦ ਸ਼ਹਿਰੀ ਆ ਨਾ ਬੇਟਾ, ਇਹ ਨਾ ਹੋਵੇ ਮੈਂ ਗੁੱਸੇ ਚ ਆ ਕੇ ਤੈਨੂੰ ਕੈਦੀ ਸ਼ਹਿਰੀ ਬਣਵਾ ਦਿਆਂ। ਜਾ ਬੂਟਿਆ, ਇੱਕ ਕੁੜੀ ਦੀ ਖਾਤਰ ਆਪਣੇ ਵਿਕਟਮਾਂ ਦੇ ਨਾਲ ਸਿੱਧਾ ਹੋ ਗਿਆ। ਜਾ ਤੇਲੀ ਤੋੜਦਾ ਹੀ ਬੂਟੇ, ਕੈਸਾ ਤੇਰਾ ਚਾਲ ਹੀ ਚੈਨ ਕਰਗਾ ਮੂੰਹ ਆ ਯਾਰ, ਖੱਟਾ ਹੀ ਕਰਤਾ ਹੀ ਦਿਲ, ਕੈਸਾ ਵੱਡੀ ਬਾਜੀ ਦੇ ਸਹੁਰੇ ਵਰਗਾ ਮੂੰਹ ਤੇ। ਇੱਕ ਮਿੰਟ, ਦੇਖੋ ਜਨਾਬ ਤੁਸੀਂ ਜਜ਼ਬਾਤੀ ਹੋ ਰਹੇ ਜੇ, ਸਮੁੰਦਰ ਬਹੁਤ ਜ਼ਿਆਦਾ ਡੂੰਘਾ ਹੁੰਦਾ। ਸਿਆਣੇ ਕਹਿੰਦੇ ਨੇ ਜਿਨ੍ਹਾਂ ਖਾਧੀਆਂ ਗਾਜਰਾਂ ਗੋਡੇ ਉਹਨਾਂ ਦੇ ਪੀੜ, ਇਹਨਾਂ ਦਾ ਹੁਣ ਅਸੀਂ ਜਿਹੜਾ ਮਸਲਾ ਹੱਲ ਕਰਾਂਗੇ। ਹਾਂਜੀ, ਜਿੱਥੇ ਤੁਹਾਡੀ ਟਾਈ ਖਤਮ ਹੋ ਰਹੀ ਨਾ, ਉੱਥੇ ਤੁਹਾਨੂੰ ਬਹੁਤ ਅੱਲਾ ਨੇ ਅਕਲ ਦਿੱਤੀ। ਬੜੀ ਮਿਹਰਬਾਨੀ ਸਰ। ਦੇਖੋ ਛੋਟੇ ਹੁੰਦੇ ਮੇਰੇ ਵਾਲ ਸਾਹਿਬ ਨੇ ਮੇਰੀ ਗੱਲ ਨਹੀਂ ਸੀ। ਯਾਰ ਤੂੰ ਬੱਬ ਚਾਹਤੇ ਕਿਆ ਹੋ, ਮੈਂ ਵਕੀਲ ਚੁੱਕ ਕੇ ਤੇਰੇ ਉੱਤੇ ਮਾਰਦਾ ਤਾਂ ਤੈਨੂੰ ਲੱਗ ਪਤਾ ਜਾਣਾ ਕਿ ਭਾਵੇਂ ਕਦੀ ਆ। ਸ਼ਟ ਅਪ, ਗੱਟ ਲੋਸ ਬੀਬੀ ਜੀ।
मैनू ये दसो भी कसम वाली गल आ 8 साल नहीं पता लगा भी स्कूल जरा रजिस्ट्रेशन शम भी कराई थी पता तुहानू अज तो कितनी देर पहले दा ये पता सी दसो 10 साल पहले दा पता फिर कराई क्यों नहीं करानी सी ते हुण आई इत्थे मैं पर पहले क्यों नहीं कराई ओ तुम कौन हो यार मैं ना बूटे तेरे तेरे को शह मार देनी तो छड़ भी राम ना पै जा तू एवे हर गल दे विच सियाणा बणिया ना तैनूं पता ना होर तैनूं चुप कर जा तेरी आवाज ना आवे मैनूं यार मैं तो कह रहा हूं कि तुम उसके साथ ऐसे बात करते उसको नहीं पता चलता उसको ऐसे वो बौखला जाएगी फिर देखे मैनूं नहीं पता तुसीं उत्थे बाहर अपन लड्डू पिठियां ले लाउंदे रहे जां तुसीं कौन जे मैं बच्चों तलीम देनी सर मैं बस ओही काम कर दी हाँ ठीक है तुसी तलीम देंदे सी ठीक है साडे महल्ले दे बच्चे बहुत विगड़े सी साडी गली दे बच्चे मैं सोचा कि मैं इन्हां नूं तलीम दवां ओदा भी तो मैं मतलब के वेली बेकार बैठी रहनी ना ते बच्चे पढ़ लिख जाणगे वड्डे होणगे मुल्क दा नां रोशन करनगे वरना मैनूं कोई जरूरत नहीं सी मेरा अपना भी कारोबार ठीक सी स्नोकर क्लब जी मैं कहा स्नोकर क्लब सी तुहाडा अपना ओ बदतमीज आदमी हो तुम आहो यार अपना कारोबार करके साइकिलियां किराए ते देंदे सी तुसी नहीं मेरा अपना गारमेंट्स का काम सी गारमेंट्स केड़ी जो रेडीमेड गारमेंट्स होती है उसका अपना काम है इजी लोड का काम शुरू किया जी तुसी करवाना होवे तो दसना नहीं मैनू कोई लोड नहीं लोड कराउन दी जी बूटा जी ये गल गलत आ 8 साल तुसी इस आप दफा हो जा ओके ठीक है जी मेहरबानी अपने 8 साल भी ला जा नाल अस्सलाम वालेकुम मैं चला ओके 8 साल तो लड्डू पीठियां ले आ वेलो फिर हसी जांदी जे आ वेखो जरा आप अच्छा जी खुल के हस आप कोई पाबंदी ना है 8 साल फीसां खादियां हासा ते आप ही आउणा जी हुण स्कूलों बाहर निकलोगे ते खब्बे हाथ सामने नुक्कर ते रेड़ी लगी उधर देखना जरा ओ भाई माफी दे दे किते प्रोग्राम नु किसे बन्ने लगन दे यार ओके जी नाटे एक छोटा सा वक्फा